ਪਾਕਿਸਤਾਨੀ ਮੁੰਡਿਆਂ ਨੇ ਕੁੱਟ ਕੁੱਟ ਕੇ ਮਾਰਿਆ ਪੰਜਾਬੀ ਨੌਜਵਾਨ। ਜਰਮਨ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਪਾਕਿਸਤਾਨੀ ਮੁੰਡਿਆਂ ਦੇ ਨਾਲ ਹੋਈ ਸੀ ਲੜਾਈ। ਦੱਸ ਦੇ ਕਿ ਇੰਡੋ ਪਾਕ ਬਾਰਡਰ ਦੇ ਨਜ਼ਦੀਕ ਪਿੰਡ ਹਸਨਪੁਰ ਦੇ ਨੌਜਵਾਨ ਬਲਜੀਤ ਸਿੰਘ ਦੀ ਜਰਮਨ ਦੇ ਵਿੱਚ ਇੱਕ ਝਗੜੇ ਦੇ ਦੌਰਾਨ ਮੌਤ ਹੋ ਗਈ। ਤਾਂ ਦੱਸ ਦੇ ਕਿ ਪਿਛਲੇ ਸਾਲ ਹੀ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ ਗਿਆ ਸੀ, ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਵਾਪਸ ਸ਼ਾਇਦ ਕਦੇ ਨਹੀਂ ਪਰਤੇਗਾ। ਮ੍ਰਿਤਕ ਦੇ ਭਰਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਦੇ ਲਈ ਜਰਮਨੀ ਦੇ ਬਰਲਿਨ ਸ਼ਹਿਰ ਦੇ ਵਿੱਚ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ, ਪਰ ਉਹਨਾਂ ਨੂੰ ਸ਼ਾਇਦ ਇਹ ਪਤਾ ਨਹੀਂ ਸੀ ਕਿ ਘਰ ਦੇ ਬਾਹਰ ਗਲੀ ਦੇ ਵਿੱਚ ਹੀ ਪਾਕਿਸਤਾਨੀ ਮੁੰਡਿਆਂ ਦੇ ਨਾਲ ਉਸਦਾ ਝਗੜਾ ਹੋ ਜਾਵੇਗਾ ਤੇ ਝਗੜੇ ਦੇ ਦੌਰਾਨ ਉਸਦੀ ਮੌਤ ਹੋ ਗਈ। ਤੇ ਇਹ ਜਾਣਕਾਰੀ ਉਹਨਾਂ ਨੂੰ 21 ਫਰਵਰੀ ਨੂੰ ਮਿਲੀ ਜਦੋਂ ਉਸਦੇ ਦੋਸਤ ਨੇ ਪਰਿਵਾਰ ਨੂੰ ਇਹ ਸਾਰੀ ਜਾਣਕਾਰੀ ਦਿੱਤੀ। ਤਾਂ ਬਲਜੀਤ ਸਿੰਘ ਦੀ ਝਗੜੇ ਦੇ ਦੌਰਾਨ ਮੌਤ ਹੋ ਚੁੱਕੀ ਹੈ। ਤਾਂ ਇਹ ਸਾਰੀ ਜਾਣਕਾਰੀ 21 ਫਰਵਰੀ ਨੂੰ ਮਿਲੀ ਜਦੋਂ ਉਸਦੇ ਦੋਸਤ ਨੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਕਿ ਬਲਜੀਤ ਸਿੰਘ ਦੀ ਝਗੜੇ ਦੇ ਦੌਰਾਨ ਮੌਤ ਹੋ ਚੁੱਕੀ ਹੈ। ਤਾਂ ਪਰਿਵਾਰ ਗਹਿਰੇ ਸਦਮੇ ਦੇ ਵਿੱਚ ਹੈ। ਦੱਸਦੇ ਕਿ ਬਲਜੀਤ ਵਿਆਹਿਆ ਹੋਇਆ ਸੀ ਤੇ ਇਸਦੇ ਦੋ ਬੱਚੇ ਨੇ ਤੇ ਪਰਿਵਾਰ ਦੇ ਵਿੱਚ ਇੱਕ ਵੱਡਾ ਭਰਾ ਹੈ ਜੋ ਕਿ ਆਰਮੀ ਤੋਂ ਰਿਟਾਇਰ ਹੈ। ਤੇ ਅੱਜ ਮ੍ਰਿਤਕ ਦੀ ਦੇਹ ਘਰ ਪਹੁੰਚੀ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਆਪਣੇ ਪੁੱਤ ਨਾ ਭੇਜੋ। ਮੇਰੇ ਬਦਲ ਨਾਂ ਬਲਜੀਤ ਸਿੰਘ ਸੀ, ਜੋ ਪਿਛਲੇ ਸਾਲ 6ਵੇਂ ਮਹੀਨੇ 'ਚ ਗਿਆ ਸੀ। ਉੱਥੇ ਜਰਮਨ ਦੇ ਵਿੱਚ ਕੰਮ ਕਰਦਾ ਸੀ। ਉੱਥੇ ਪਾਕਿਸਤਾਨ ਮੁੰਡਿਆਂ ਨਾਲ ਕੋਈ ਝਗੜਾ ਹੋਇਆ, ਉਹਦੇ ਕਰਕੇ ਚਾਕੂ ਲੱਗਣ ਨਾਲ ਉਹਦੀ ਮੌਤ ਹੋ ਗਈ। ਸੋ ਕਿੰਨੀ ਦੇਰ ਬਾਅਦ ਜਿਹੜੀ ਡੈਡ ਬੋਡੀ ਘਰ ਪਹੁੰਚੀ? 1 ਮਹੀਨਾ ਤੇ 1 ਦਿਨ ਹੋ ਗਿਆ ਜੀ। ਪਾਕਿਸਤਾਨੀ ਮੁੰਡਿਆਂ ਨੇ ਕੁੱਟ ਕੁੱਟ ਕੇ ਮਾਰਿਆ ਪੰਜਾਬੀ ਨੌਜਵਾਨ। ਜਰਮਨ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਪਾਕਿਸਤਾਨੀ ਮੁੰਡਿਆਂ ਦੇ ਨਾਲ ਹੋਈ ਸੀ ਲੜਾਈ। ਤਾਂ ਦੱਸਦੇ ਕਿ ਇੰਡੋ ਪਾਕ ਬਾਰਡਰ ਦੇ ਨਜ਼ਦੀਕ ਪਿੰਡ ਹਸਨਪੁਰ ਦੇ ਨੌਜਵਾਨ ਬਲਜੀਤ ਸਿੰਘ ਦੀ ਜਰਮਨ ਦੇ ਵਿੱਚ ਇੱਕ ਝਗੜੇ ਦੇ ਦੌਰਾਨ ਮੌਤ ਹੋ ਗਈ। ਤਾਂ ਦੱਸਦੇ ਕਿ ਪਿਛਲੇ ਸਾਲ ਹੀ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ ਗਿਆ ਸੀ, ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਵਾਪਸ ਸ਼ਾਇਦ ਕਦੇ ਨਹੀਂ ਪਰਤੇਗਾ। ਮ੍ਰਿਤਕ ਦੇ ਭਰਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਦੇ ਲਈ ਜਰਮਨੀ ਦੇ ਬਰਲਿਨ ਸ਼ਹਿਰ ਦੇ ਵਿੱਚ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ, ਪਰ ਉਹਨਾਂ ਨੂੰ ਸ਼ਾਇਦ ਇਹ ਪਤਾ ਨਹੀਂ ਸੀ ਕਿ ਘਰ ਦੇ ਬਾਹਰ ਗਲੀ ਦੇ ਵਿੱਚ ਹੀ ਪਾਕਿਸਤਾਨੀ ਮੁੰਡਿਆਂ ਦੇ ਨਾਲ ਉਸਦਾ ਝਗੜਾ ਹੋ ਜਾਵੇਗਾ ਤੇ ਝਗੜੇ ਦੇ ਦੌਰਾਨ ਉਸਦੀ ਮੌਤ ਹੋ ਗਈ। ਤੇ ਇਹ ਜਾਣਕਾਰੀ ਉਹਨਾਂ ਨੂੰ 21 ਫਰਵਰੀ ਨੂੰ ਮਿਲੀ ਜਦੋਂ ਉਸਦੇ ਦੋਸਤ ਨੇ ਪਰਿਵਾਰ ਨੂੰ ਇਹ ਸਾਰੀ ਜਾਣਕਾਰੀ ਦਿੱਤੀ। ਤਾਂ ਬਲਜੀਤ ਸਿੰਘ ਦੀ ਝਗੜੇ ਦੇ ਦੌਰਾਨ ਮੌਤ ਹੋ ਚੁੱਕੀ ਹੈ। ਤਾਂ ਇਹ ਸਾਰੀ ਜਾਣਕਾਰੀ 21 ਫਰਵਰੀ ਨੂੰ ਮਿਲੀ ਜਦੋਂ ਉਸਦੇ ਦੋਸਤ ਨੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਕਿ ਬਲਜੀਤ ਸਿੰਘ ਦੀ ਝਗੜੇ ਦੇ ਦੌਰਾਨ ਮੌਤ ਹੋ ਚੁੱਕੀ ਹੈ। ਤਾਂ ਪਰਿਵਾਰ ਗਹਿਰੇ ਸਦਮੇ ਦੇ ਵਿੱਚ ਹੈ। ਦੱਸਦੇ ਕਿ ਬਲਜੀਤ ਵਿਆਹਿਆ ਹੋਇਆ ਸੀ ਤੇ ਇਸਦੇ ਦੋ ਬੱਚੇ ਨੇ ਤੇ ਪਰਿਵਾਰ ਦੇ ਵਿੱਚ ਇੱਕ ਵੱਡਾ ਭਰਾ ਹੈ ਜੋ ਕਿ ਆਰਮੀ ਤੋਂ ਰਿਟਾਇਰ ਹੈ। ਤੇ ਅੱਜ ਮ੍ਰਿਤਕ ਦੀ ਦੇਹ ਘਰ ਪਹੁੰਚੀ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਆਪਣੇ ਪੁੱਤ ਨਾ ਭੇਜੋ। ਮੇਰੇ ਬਦਲ ਨਾਂ ਬਲਜੀਤ ਸਿੰਘ ਸੀ, ਜੋ ਪਿਛਲੇ ਸਾਲ 6ਵੇਂ ਮਹੀਨੇ 'ਚ ਗਿਆ ਸੀ। ਉੱਥੇ ਜਰਮਨ ਦੇ ਵਿੱਚ ਕੰਮ ਕਰਦਾ ਸੀ। ਉੱਥੇ ਪਾਕਿਸਤਾਨ ਮੁੰਡਿਆਂ ਨਾਲ ਕੋਈ ਝਗੜਾ ਹੋਇਆ, ਉਹਦੇ ਕਰਕੇ ਚਾਕੂ ਲੱਗਣ ਨਾਲ ਉਹਦੀ ਮੌਤ ਹੋ ਗਈ। ਸੋ ਕਿੰਨੀ ਦੇਰ ਬਾਅਦ ਜਿਹੜੀ ਡੈਡ ਬੋਡੀ ਘਰ ਪਹੁੰਚੀ? 1 ਮਹੀਨਾ ਤੇ 1 ਦਿਨ ਹੋ ਗਿਆ ਜੀ।